ਹੁਣ ਬੋਲੋ ਜਿਹੜਾ ਕੁਝ ਬੋਲਣਾ। ਨਹੀਂ ਮੈਂ ਤੈਨੂੰ ਕਹਿੰਦਾ ਵੀ ਆ ਕੇ ਆਪਾਂ ਨਹੀਂ ਆਹੋ ਭਾਜੀ ਵੀਡੀਓ ਤੇ ਚੱਲ ਮੰਨੀ ਸੱਚੀ ਦਿਖਾਉਣਾ ਜੋ ਵੀ ਹੈਗਾ ਜੋ ਵੀ ਬਲੌਗ ਇਹ ਉਹ ਤਾਂ ਚੱਲੀ ਜਾਂਦਾ ਆਪਣੇ ਨਾਲ ਜਿਹੜਾ ਕੁਝ ਚੱਲੀ ਜਾਂਦਾ ਉਹ ਚੱਲੀ ਜਾਂਦੇ ਕੋਈ ਗੱਲ ਨਹੀਂ ਜਮਾ ਰੀਅਲ ਦਾ ਖਾਵਾਂਗੇ ਵੀ ਕਰਾਂਗੇ ਕੋਈ ਗੱਲ ਨਹੀਂ। ਹਾਂ ਹੁਣੇ ਗੱਲਾਂ ਕਰੀ ਜਾਂਦੇ ਹਾਂ ਆਪਾਂ ਕੈਮਰੇ ਤੋਂ ਪਹਿਲਾਂ ਪਾਸੇ ਵੀ ਆਪਾਂ ਐਂ ਕਾਮਯਾਬ ਹੋਵਾਂਗੇ ਕਾਮਯਾਬ ਹੋਣ ਹੁਣ ਕਰੂ ਗੱਲ ਨਹੀਂ ਪਤਾ ਕੀ ਗੱਲ ਆ ਮੈਂ ਤੈਨੂੰ ਕਹਿੰਦਾ ਪਹਿਲਾਂ ਤਾਂ ਆਪਾਂ ਯਾਰ ਅੱਜ ਇੱਥੇ ਬੈਠੇ ਹਾਂ ਬਣਾਈ ਜਾਂਦੇ ਵੀਡੀਓ ਬਣਾਈ ਜਾਂਦੇ ਕੋਈ ਗੱਲ ਨਹੀਂ ਬਣਾ ਲਓ ਚਲ ਬਣਾਉਣ ਵਾਸਤੇ ਯਾਰ ਮਾੜੇ ਜਿਹੇ ਕੋਈ ਘਰਾਂ ਦਿਖਾਵਾਂਗੇ ਕੁਛ ਫੇਰ ਹੀ ਕਹਿੰਦੇ ਨਹੀਂ ਫੇਰ ਹੀ ਦਿਖਾਵਾਂਗੇ ਦਿਖਾਵਾਂਗੇ ਹਾਂ ਘਰਾਂ ਹੀ ਬਣਾਉਣ ਦਾ ਵੀ ਸੋਚਿਆ ਥੋੜਾ ਜਿਹਾ ਆਪਾਂ ਦਿਮਾਗ 'ਚ ਤੁਹਾਡੇ ਤੱਕ ਕੋਈ ਸਾਡੀ ਜ਼ਿੰਦਗੀ ਦੀ ਗੱਲ ਜਾਵੇ ਜਾਂ ਵੀ ਇਹ ਗੱਲ ਤਾਂ ਉਹੀ ਹੈ ਵੀ ਉਹ ਸੋਚਿਆ ਮਾੜਾ ਹੁਣ ਸਾਨੂੰ ਐਂ ਲੱਗੀ ਜਾਂਦਾ ਵੀ ਅੱਜ ਇੰਨਾ ਕੁ ਕਰੀ ਜਾਂਦੇ ਹਾਂ ਘਰੇ ਨਹੀਂ ਗਏ ਘਰੇ ਪੱਠੇ ਪਾਉਣ ਵਾਲੇ ਪਏ ਸੀਗੇ ਕੁਛ ਵੀ ਹੁਣ ਪਾਉਣੇ ਸੀਗੇ ਘਰੇ ਕੋਈ ਵੀ ਹੈ ਨਹੀਂ ਗਾ ਸੋਟ ਹੈਗਾ ਉਹ ਮੈਨੂੰ ਲੱਗਦਾ ਪਤਾ ਨਹੀਂ ਘਰੇ ਸੀਗਾ ਕਿ ਨਹੀਂ ਸੀਗਾ ਇੱਕ ਘਰ ਵਾਲੀ ਉਹਦੀ ਨਹੀਂ ਮੇਰੇ ਭਰਾ ਦੀ ਜੋ ਆਖ ਇੱਕ ਮੰਮੀ ਤਾਂ ਗਈ ਵੀ ਹੈ ਭੈਣ ਕੋਲ ਮਿਲਣ ਗਏ ਭੈਣ ਪ੍ਰਾਹੁਣਾ ਆਇਆ ਵਾ ਸੀਗਾ ਦੂਜਾ ਕਿ ਭੈਣ ਵੀ ਆਈ ਸੀਗੀ ਵੱਡੀ ਮੈਂ ਹੈਗੀ ਜਿਹੜੀ ਉਹ ਛੋਟੀ ਭੈਣ ਕੋਲ ਗਏ ਆ ਮੰਮੀ ਨੂੰ ਲੈ ਕੇ ਗਏ ਇੱਥੋਂ ਪਿੰਡੋਂ ਉੱਥੋਂ ਆਈ ਹੈ ਵੱਡੀ ਭੈਣ ਅਤੇ ਉਹ ਲੈ ਕੇ ਗਏ ਵੀ ਮਿਲ ਆਈਏ ਉਹ ਭੈਣ ਕਹਿੰਦੀ ਮੇਰੇ ਕੋਲ ਤੁਸੀਂ ਆਉਂਦੇ ਨਹੀਂ ਦੂਰ ਆ ਥੋੜ੍ਹੀ ਜਿਹੀ ਉੱਧਰ ਯਾਰ ਕੋਟਕਪੂਰੇ ਕਰਨੇ ਵਾਹਵਾ ਦੂਰ ਆ ਅਤੇ ਮੈਂ ਕਿਹਾ ਚੱਲ ਤੁਸੀਂ ਮਿਲ ਆਓ ਮੰਮੀ ਦਾ ਵੀ ਦਿਲ ਜਾ ਕਰੀ ਜਾਂਦਾ ਵੀ ਕੀ ਕਹਿਣਗੇ ਹੁਣ ਵਿਚਾਰੀ ਨੂੰ ਲੋਕ ਆਸੇ ਪਾਸੇ ਤਾਨੇ ਦਿੰਦੇ ਹੋਣਗੇ ਮਾੜਾ ਮੋਟਾ ਵੀ ਦੂਜੇ ਉਹਦੇ ਦੇਰ ਸੀਗੀ ਜਿਹੜੇ ਦੋਨੇ ਉਹ ਵਿਆਹੇਗੇ ਵਿਆਹ ਬਾਅਦ ਫਿਰ ਤੈਨੂੰ ਪਤਾ ਹੀ ਆ ਫਿਰ ਉਹਦੇ ਆਉਂਦੇ ਹੋਣਗੇ ਮਾਂ ਪਿਓ ਜਾਂ ਭੈਣ ਭਰਾ ਵੀ ਅਗਲੀ ਨੂੰ ਦੁੱਖ ਲੱਗਦਾ ਸੀ ਮੇਰੇ ਆਉਂਦੀ ਨਿਕਲੀ ਮੈਂ ਕਿਹਾ ਚੱਲ ਮੰਮੀ ਤੂੰ ਜਾ ਕੇ ਆ ਕੇ ਜ਼ਰੂਰੀ ਹੈ ਭੈਣ ਭਰਾਵਾਂ ਨਾਲ ਵੀ ਕਿ ਨਹੀਂ ਭੈਣ ਭਰਾਵਾਂ ਨਾਲ ਹੀ ਆਪਣੇ ਮਨ ਦੇ ਡਰ ਕੇ ਹੁਣ ਮੈਨੂੰ ਇਹ ਲੱਗੀ ਜਾਂਦਾ ਮੈਨੂੰ ਪਤਾ ਉਹ ਮੇਰੇ ਗੱਲ ਪੈ ਜੂ ਮੈਨੂੰ ਐ ਲੱਗੀ ਜਾਂਦਾ ਵੀ ਅੱਜ ਚੱਲ ਇਕੱਠੇ ਸੀਗੇ ਅੱਜ ਵੀਡੀਓ ਬਣਾ ਲਈ ਆਪਾਂ ਜਾਂ ਕੁਛ ਵੀ ਦਿਖਾਇਆ ਦੁਨੀਆ ਨੂੰ ਆਪਾਂ ਜਿਹੜਾ ਕੁਛ ਹੋਈ ਜਾਂਦਾ ਆਪਣੇ ਨਾਲ ਵੀ ਕੱਲ ਨੂੰ ਹੁਣ ਮੈਨੂੰ ਐਂ ਵੀ ਲੱਗੀ ਜਾਂਦਾ ਵੀ ਕੱਲ ਨੂੰ ਵੀਡੀਓ ਬਣਾ ਲਾਂਗੇ ਆਪਾਂ ਯਾਰ ਟਾਈਮ ਨਹੀਂ ਮਿਲਣਾ ਯਾਰ ਕਿਉਂਕਿ ਤੂੜੀ ਵਾਲੀਆਂ ਮਸ਼ੀਨਾਂ ਯਾਰ ਤੈਨੂੰ ਪਤਾ ਕੱਲ ਨੂੰ ਕੰਮ 'ਤੇ ਜਾਣਾ ਤੂੜੀ ਮਸ਼ੀਨ 'ਤੇ ਤੂੜੀ ਲਾਉਣ ਲੱਗਣਾ ਫਿਰ ਐਂ ਲੱਗੀ ਜਾਂਦਾ ਮੈਨੂੰ ਵੀ ਤੁਸੀਂ ਦੋਨੇ ਹੁਣ ਅੱਡ ਲੱਗੇ ਵੇ ਕਿ ਮੈਂ ਅੱਡ ਜਾ ਹੈਗਾ ਕਿਸੇ ਨਾਲ ਲੱਗਿਆ ਵਾ ਅਤੇ ਮੈਨੂੰ ਐਂ ਲੱਗਦਾ ਵੀ ਆਪਾਂ ਇਕੱਠੇ ਹੋ ਜਾਵਾਂਗੇ ਫਿਰ ਕਿੱਥੋਂ ਪਾ ਲਾਂਗੇ ਜੇ ਇਕੱਠੇ ਨਾ ਹੋਏ ਕੋਈ ਨਹੀਂ ਅੱਡੋ ਅੱਡ ਪਾ ਹੁਣ ਮੈਨੂੰ ਐਂ ਲੱਗਦਾ ਵੀ ਆਪਣਾ ਜਿਹੜੀ ਵੀਡੀਓ ਨੀ ਜੀ ਹੁਣ ਤਾਂ ਬਣਾਈ ਜਾਂਦੇ ਹਾਂ ਵੀ ਆਉਣ ਵਾਲੀ ਵੀਡੀਓ ਜਿਹੜੀ ਬਣਾਉਣੀ ਆ ਆਪਾਂ ਇਹ ਨਹੀਂ ਪਤਾ ਕਦੋਂ ਇਹਦਾ ਪਾਰਟ ਆਵੇ ਦੂਜਾ ਵੀ ਇਹ ਸਾਡੇ ਨਾਲ ਨਾਲ ਜ਼ਿੰਦਗੀ ਦੇ ਨਾਲ ਨਾਲ ਨਾ ਆਪਾਂ ਕੰਮ ਵੀ ਤੋੜਨਾ ਨਾ ਕੋਈ ਨਹੀਂ ਸਾਰਾ ਕੁਝ ਘਰੇ ਵੀ ਰੱਖਣਾ ਘਰੇ ਵੀ ਰੱਖਣਾ ਉਹਨਾਂ ਨੇ ਇਹ ਗੱਲ ਤੇ ਜਿੱਦਾਂ ਆਪਾਂ ਮਿਲਣਾ ਇਕੱਠੇ ਹੋਵਾਂਗੇ ਨਾ ਇਕੱਠੇ ਹੋਵਾਂ ਉਧਰ ਦੀ ਫੇਰ ਆਪਾਂ ਵੀਡੀਓ ਪਾਵਾਂਗੇ ਉਧਰ ਦੀ ਫੇਰ ਬਣਾ ਇਕੱਠੇ ਹੋ ਕੇ ਫੇਰ ਵੀਡੀਓ ਪਾਵਾਂਗੇ ਅੱਜ ਅਸੀਂ ਇਕੱਠੇ ਹੋਏ ਆ ਨਿਕਲਦਾ ਆਪਣਾ ਬਾਹਰ ਨੂੰ ਆਪਣਾ ਕਿਹੜਾ ਕੁਛ ਇਹਦੇ ਚ ਜਾਂ ਕੁਛ ਹੋਰ ਵੀ ਜਾਂਦਾ ਨੀ ਪਿਆ ਇਹਦੇ ਚ ਕੁਛ ਵੀ ਕੰਮ ਵੀ ਕਰਦੇ ਆ ਚੱਲ ਇਹ ਵੀ ਨਾਲ ਮਨੋਰੰਜਨ ਦੱਸਣਾ ਜ਼ਿੰਦਗੀ ਬਾਰੇ ਆਪਦੀ ਬਾਰੇ ਨਹੀਂ ਲਿਖੀ ਫੇਰ ਹੀ ਪਤਾ ਲੱਗੂਗਾ ਨਹੀਂ ਊਂ ਧੰਦਾ ਹੀ ਕੀ ਪਤਾ ਧੰਦੇ ਕਰਦੇ ਮਰਜ਼ੀ ਇਹ ਵੀ ਲੱਗੀ ਜਾਂਦਾ ਮਨ 'ਚ ਮਨ 'ਚ ਇਹ ਲੱਗ ਰਿਹਾ ਵੀ ਧੰਦਾ ਕਰਦੇ ਨਾ ਮਰਜ਼ੀ ਥੋੜ੍ਹਾ ਜਿਹਾ ਪਤਾ ਵੀ ਲੱਗੇ ਯਾਰ ਵੀ ਇਹ ਵੀ ਬੰਦੇ ਸੀਗੇ ਹੈ ਨਾ ਯਾਰ ਵੀ ਆਪਾਂ ਹੀ ਤੁਰ ਗਏ ਆਪਾਂ ਨੂੰ ਕਿਹਨੇ ਪੁੱਛਣਾ ਯਾਰ ਇੱਥੇ ਪਿੱਛੋਂ ਨਾ ਵੀ ਥੋੜ੍ਹਾ ਜਿਹਾ ਲੱਗਦਾ ਵੀ ਬਸ ਇੰਨਾ ਹੀ ਵੇਖ ਲੈਣ ਵੀ ਇਹ ਵੀ ਬੰਦੇ ਜੱਗ 'ਤੇ ਆਏ ਜਨਮ ਲੈ ਕੇ ਕਹਿੰਦੇ ਆਏ ਵੇ ਫਿਰਦੇ ਆ ਯਾਰ ਕਹਿੰਦੇ ਡੋਲਦੇ ਕਦੇ ਕੀ ਸੋਚਦੇ ਆ ਮਨ 'ਚ ਕਦੇ ਕੀ ਸੋਚ ਵੀ ਕੀ ਕਰੀਏ ਯਾਰ ਘਰ ਤੋਰਨ ਵਾਸਤੇ ਹੈ ਨਾ ਹੋ ਜ਼ਿੰਦਗੀ ਘਰੇ ਮਾਂ ਮਾਂ ਪਿਓ ਇਹ ਮਾਂ ਕੋਈ ਬੈਠਾ ਵਿਚਾਰਾ ਫਿਰ ਪਿਓ ਗੁਜ਼ਰ ਗਿਆ ਦਾਰੂ ਦੂਰੂ ਪੀਂਦਾ ਉਦੋਂ ਤੈਨੂੰ ਪਤਾ ਫਿਰ ਜ਼ਿੰਦਗੀ ਇਹੋ ਜਿਹੀ ਆ ਇਕੱਠੇ ਹੁੰਦੇ ਆ ਕਿਤੇ ਖੁਸ਼ ਰਹਿੰਦੇ ਕਿੰਨੇ ਜਾਂ ਨਿੱਕੇ ਹੈ ਨਾ ਇਹੀ ਤਾਂ ਜ਼ਿੰਦਗੀ ਆਪਣੀ ਯਾਰ ਹੁਣ ਬਸ ਮਾਂ ਪਿਓ ਸਾਥ ਹੈ ਭਰਾਵਾਂ ਦਾ ਯਾਰ ਨਿੱਕੇ ਮੈਂ ਵੱਡਾ ਇਹਨਾਂ 'ਚੋਂ ਬਸ ਸਾਰਾ ਵੀ ਮੇਰੇ ਨਾਲ ਛੋਟੇ ਆ ਬਸ ਮਾੜਾ ਜਿਹਾ ਪਿਆਰ ਬਹੁਤ ਆ ਜਿਹੜੀ ਗੱਲ ਆ ਲੋਕੀ ਕਹਿੰਦੇ ਵਿਆਹ ਹੋ ਗਿਆ ਸੀ ਥੋੜਾ ਜਿਹਾ ਹੋ ਗਿਆ
ਵੀ ਅਸੀਂ ਥੋੜੇ ਜਿਹੇ ਪਿਓ ਗੁਜ਼ਰ ਗਏ, ਮੈਂ ਆਪਣੀਆਂ ਭੈਣਾਂ ਹੁਣਾਂ ਵਿਆਹਤੀਆਂ, ਮੁੜ ਕੇ ਮੈਂ ਸੋਚਿਆ ਵੀ ਘਰੇ ਨਾ ਯਾਰ ਕੋਈ ਵਿਗਾੜ ਪੈ ਜੇ ਜ਼ਿਆਦੇ ਜਾਂ ਨਿੱਕੇ ਕਿਹਾ ਵੀ ਵਿਆਹ ਤੋਂ ਉਦੋਂ ਫਿਰ ਐਂ ਕਰਾਇਆ, ਫਿਰ ਮੈਂ ਕਿਹਾ ਯਾਰ ਕੁੜੀਆਂ ਵਿਚਾਰੀਆਂ ਅੱਡ ਤੁਰੀਆਂ ਪੈਣਗੀਆਂ, ਪਿਓ ਗੁਜ਼ਰ ਗਿਆ ਕੋਈ ਸੀਗਾ ਨੀ, ਮੈਂ ਕਿਹਾ ਚੱਲ ਕੁੜੀਆਂ ਨੂੰ ਵਿਆਹ ਦੀਏ ਪਹਿਲਾਂ, ਫਿਰ ਕੁੜੀਆਂ ਨੂੰ ਵਿਆਹਿਆ, ਫਿਰ ਭਰਾ ਮਾੜਾ ਮੋਟਾ ਸਕੂਲ ਨੂੰ ਹੱਟ ਕੇ ਕੰਮ ਕੁੰਮ ਜਾਣੀ ਪਤਾ ਜੇ ਵਿਗੜਦਾ ਜਾਂਦਾ ਸੀ, ਮੈਨੂੰ ਐਂ ਲੱਗਾ ਵਿਗੜਨਾ ਜਾਵੇ, ਮੈਂ ਉਹਨੂੰ ਚੱਲ ਮੈਂ ਕਿਹਾ ਮੰਮੀ ਨਾਲ ਸਲਾਹ ਕਰਕੇ, ਮੰਮੀ ਸੀਗੀ ਇੱਕ ਮੰਮੀ ਅਤੇ ਮੈਂ ਇੱਕ ਮੇਰੀ ਦਾਦੀ ਸਲਾਹ ਕਰਕੇ ਅਸੀਂ ਅਤੇ ਉਹਨੂੰ ਵੀ ਵਿਆਹਤਾ ਅਤੇ ਅੱਜ ਜਵਾਕ ਉਹਦੇ ਕੋਲ ਦੋ ਕਿੰਨੇ ਚੱਲ ਵਧੀਆ, ਉਹ ਵੀ ਕੰਮ ਕਰਦਾ, ਮੈਂ ਅਜੇ ਬੈਠਾ ਆਉਂਦੇ ਵੇਖਣ ਵਾਲੇ ਬਸ ਉੱਠ ਜਾਂਦੇ ਆ, ਮੈਂ ਕਹਿੰਦਾ ਵੀ ਚੱਲ ਆਪਣੇ ਭੈਣ ਭਰਾ ਖੁਸ਼ ਹੈ ਮੇਰੇ ਵਾਸਤੇ ਕਿ ਨਹੀਂ, ਮੈਂ ਕਰਿਆ ਉਹਨਾਂ ਵਾਸਤੇ ਕੁਛ ਵੀ, ਮੇਰਾ ਭਾਵਾਂ ਯਾਰ ਹੋਵੇ ਜਾਂ ਨਾ ਹੋਵੇ ਯਾਰ ਪਰਮਾਤਮਾ ਵੱਲੋਂ ਕਿ ਨਹੀਂ, ਜਿਹੜਾ ਕੁਛ ਮਨਜ਼ੂਰ ਹੈ ਪਰਮਾਤਮਾ ਨੂੰ ਵੀ ਠੀਕ ਹੈ ਯਾਰ, ਠੀਕ ਹੈ ਵਧੀਆ, ਮਾਂ ਤਾਂ ਹੈਗੀ ਹੈ, ਮਾਂ ਦਾ ਬਸ ਇਕੱਲਾ ਮਾਤਾ ਦਾ ਹੀ ਆ, ਹੁਣ ਤਾਂ ਆਪਾਂ ਨੂੰ ਭੈਣ ਭਰਾ ਦਾ ਵਧੀਆ ਖੁਸ਼ ਵੱਸਦੇ ਆ ਮੇਰੇ ਵਜ੍ਹਾ ਨਾਲ ਕਿ ਨਹੀਂ, ਮੈਂ ਉਹਨਾਂ ਨੂੰ ਵਿਆਹ ਦੇ ਵਧੀਆ ਘਰੇ ਸੰਸਕਾਰ ਮਿਲੇ ਆ ਕਿ ਨਹੀਂ, ਸਾਰੇ ਪਾਸੇ ਵਧੀਆ ਰਹਿਣ ਸਹਿਣ ਸਾਰਿਆਂ ਦਾ ਯਾਰ ਭੈਣ ਭਰਾਵਾਂ ਦਾ, ਵੀ ਆਪਾਂ ਹੁਣ ਆਪ ਦਾ ਸੋਚ ਅਜੇ ਸੋਚਿਆ ਨੀਗਾ ਆਪਦੀ ਜ਼ਿੰਦਗੀ ਬਾਰੇ ਬਸ ਇਕੱਲਾ ਹੀ।